आम आदमी पार्टी के विधायक शीतल अंगुराल लतीपुरा के उन लोगों से मिले हैं जिनके घरों को 9 दिसंबर को मान अदालत के आदेश पर इम्प्रूवमेंट ट्रस्ट की ओर से तोड़ दिया गया था तो वहीं आज विधायक इन लोगों से मिलकर मीडिया से बातचीत की और मीडिया से बातचीत करते हुए जिस तरह से सरकार को लताड़ा है आइए आपको भी सुनाते हैं मैं दे। भी परिवार बैठे थे ਜਲੰਧ ਦੇ ਡੀਸੀ ਸਾਹਿਬ ਨਾਲ ਸੀ ਨਾਲ ਜਲੰਧਰ ਪੁਲਿਸ ਕਮਿਸ਼ਨਰ ਸੇ ਅਸੀਂ ਤੈਨੂੰ ਐਮਐਲਏ ਸੀ ਅਸੀਂ ਮੇਰੀ ਵੱਡੀ ਭੈਣ ਰਾਜਪ੍ਰੇਮਿੰਦਰ ਕੋਲ ਥੈਰਾਜੀ ਨਾਲ ਮੇਰੇ ਅਸੀਂ ਕੱਲ ਇਹਨਾਂ ਦੀ 3 ਘੰਟੇ ਗੱਲ ਸੁਣੀਆ ਸਾਰੀਆਂ ਸਾਡੇ ਵਿੱਚ ਜਿਹੜਾ ਗੈਪ ਸੀ ਇੱਕ ਦੂਸਰੇ ਨੂੰ ਮਿਲ ਨਹੀਂ ਪਾਰੇ ਸੀ ਅਸੀਂ ਜਿਹੜਾ ਤੇ ਉਹ ਕੱਲ ਸਾਡੀਆਂ 3 ਘੰਟਿਆਂ ਨਾਲ ਜਿਹੜੀ ਕੱਲ ਸਾਡੀ ਗੱਲ ਹੋਈ ਇਹਨਾਂ ਦੀ ਇਹੀ ਮੰਗ ਆ ਕਿ ਜਿਹੜੇ ਅਸੀਂ ਲਤੀ ਪੂਰਾ ਦੇ ਜਿੱਥੇ ਚ ਬੈਠੇ ਆ ਵਾਸੀ ਅਸੀਂ ਇੱਥੇ ਹੀ ਕਰ ਲੈਣੇ ਆ ਜਿਹੜੀ ਜਗ੍ਹਾ ਦੇ ਵਿੱਚ ਅਸੀਂ ਟੁੱਟੇ ਅਸੀਂ ਸਾਰਾ ਕੁਝ ਦੱਸਿਆ ਕਾਨੂੰਨ ਦੀ ਜੋ ਕੁਛ ਸੀ ਕਾਨੂੰਨ ਦੇ ਜੋ ਕਾਨੂੰਨ ਦੇ ਆਰਡਰ ਸੀ ਕਿ ਹਾਈ ਕੋਰਟ ਦੇ ਆਰਡਰ ਸੁਪਰੀਮ ਕੋਰਟ ਦੀ ਗਾਈਡਲਾਈਨਸ ਸਾਰਾ ਕੁਝ ਦੱਸਿਆ ਪਰ ਉਹ ਕਹਿੰਦੇ ਨਹੀਂ ਅਸੀਂ ਜੋ ਜੋ ਸਾਡਾ ਬਣਦਾ ਕਪੱਥੀ ਲੈਣਾ ਜੋ ਲਤੀਪੁਰਾ ਦੇ ਜਿੰਨੇ ਸਾਰੀ ਕਿਸਾਨ ਜਥੇਬੰਦੀਆਂ ਨਾਲ ਸਪੋਰਟ ਕਰ ਰਹੀਆਂ ਨਾਲ ਲਤੀਪੁਰਾ ਦੇ ਜਿੰਨੇ ਵੀ ਪਰਿਵਾਰ ਇੱਥੇ ਬੈਠੇ ਅੱਜ ਸਾਰਿਆਂ ਨੇ ਇੱਕੋ ਹੀ ਮੰਗ ਰੱਖੀ ਤਿੰਨ ਘੰਟੇ ਕੋਈ ਦੂਜੀ ਨਹੀਂ ਕੀਤੀ ਚਲੋ ਅਸੀਂ ਜਿਹੜੀ ਪਹਿਲੀ ਪ੍ਰਵੋਦਲ ਦਿੱਤੀ ਸੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਉਹ ਚਾਇਆ ਕਿ ਇਹਨਾਂ ਦੀ ਜਿਹੜੀ ਛੱਤ ਹੈ ਉਹਨੂੰ ਇਮੇਜਰ ਦਿੱਤੀ ਜਾਵੇ ਪਰ ਇਹਨਾਂ ਨੇ ਉਹ ਪ੍ਰੋਪੋਜ਼ਲ ਨਹੀਂ ਸੈਪਟ ਕੀਤੀ ਚਲੋ ਅਸੀਂ ਕਿਉਂਕਿ ਉਹਨਾਂ ਦਾ ਇਸ ਟਾਈਮ ਜਿਹੜਾ ਦਿਲ ਦੇ ਵਿੱਚ ਘਰ ਜਿਹੜੀ ਛੱਤ ਸੀ ਟੁੱਟੀ ਹੋਈ ਹੈ ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਚੀ ਨਹੀਂ ਉਹ ਚਾਹੁੰਦੇ ਕਿ ਜਿੱਥੇ ਸਾਡੇ ਬੱਚੇ ਵੱਡੇ ਹੋਏ ਆ ਇੱਥੇ ਆਸ-ਪਾਸ ਸਕੂਲਾਂ 'ਚ ਬੱਚੇ ਪੜ੍ਹਦੇ ਆ ਇੱਥੇ ਹੀ ਸਾਨੂੰ ਘਰ ਮਿਲਣ ਇਹਨਾਂ ਦੀ ਇਸ ਕਰਕੇ ਸੋਚ ਹੈ ਸਾਡੇ ਬੱਚੇ ਕਿੱਥੇ ਜਾਣਗੇ ਉਹਨਾਂ ਇਹ ਸਾਰਾ ਕੁਝ ਸ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਹੈ ਪਰ ਮੈਂ ਇੱਕ ਗੱਲ ਇਹਨਾਂ ਨੂੰ ਅਜਲਤੀਪੂਰਾ ਦੇ ਜਿੰਨੇ ਮੇਰੇ ਪਰਿਵਾਰ ਬੈਠੇ ਆ ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਦੱਸਣਾ ਚਾਹਨਾ ਕਿ ਉਹਨਾਂ ਦਾ ਜਿਹੜਾ ਦਿਲ ਹੈ ਜਿਹੜੀ ਉਹਨਾਂ ਦੀ ਸੋਚ ਹੈ ਉਹਨਾਂ ਦੀ ਇਹ ਸੋਚ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਗਰੀਬ ਪਰਿਵਾਰ 2027 ਤੋਂ ਪਹਿਲੇ ਬਿਨਾਂ ਛੱਤ ਤੋਂ ਨਹੀਂ ਰਹੇਗਾ ਇਹ ਕਿਉਂਕਿ ਗਰੀਬਾਂ ਨੇ ਸਰਕਾਰ ਚੁਣੀ ਹੈ 92 ਐਮਐਲਏ ਗਰੀਬਾਂ ਨੇ ਬਣਾਏ ਆ ਇੱਕ ਇੱਕ ਪਰਿਵਾਰ ਨੂੰ ਪਮਾ ਕੋਈ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਮੋਗਾ ਜ਼ਿਲ੍ਹਾ ਬਠਿੰਡਾ ਕਿਸੇ ਵੀ ਸ਼ਹਿਰ ਦਾ ਕੋਈ ਰਹਿਣ ਵਾਲਾ ਹੋਵੇ ਜਿਸ ਗਰੀਬ ਨੂੰ ਘਰ ਦੀ ਜ਼ਰੂਰਤ ਹੈ ਉਹਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਪਾਲਿਸੀ ਬਣਾ ਕੇ ਉਹਨਾਂ ਲੋਕਾਂ ਨੂੰ ਮਕਾਨ ਦੇਣ ਜਾ ਰਹੇ ਆ ਤੇ ਇਸ ਕਰਕੇ ਅਸੀਂ ਕਿਸੇ ਗਰੀਬ ਦਾ ਮਕਾਨ ਨਹੀਂ ਲੈ ਸਕਦੇ ਜਿਹੜੇ ਆਈ ਦਿਨ ਮੈਂ ਸੁਣਦਾ ਰਿਹਾ ਕਿ ਸਿਆਸੀ ਰੋਟੀਆਂ ਸੇਕਣ ਦੇ ਲਈ ਬੜੀ ਪਾਰਟੀਆਂ ਦੇ ਲੋਕ ਆਏ ਕਿ ਅਸੀਂ ਗਰੀਬਾਂ ਦਾ ਘਰ ਛਣ ਲਿਆ ਚਲੋ ਇੱਕ ਇੱਕ ਮੈਂ ਬਾਰ-ਬਾਰ ਕਹਿ ਰਿਹਾ ਕਿ ਕੋਰਟ ਦੇ ਆਰਡਰਾਂ ਕਰਕੇ ਇਹਨਾਂ ਦੇ ਕਰਕੇ ਸਾਨੂੰ ਕਰਨਾ ਪਿਆ ਪਰ ਸ਼ਾਇਦ ਇਹ ਚਿਰ ਜਿਹੜਾ ਸਮੇਂ ਟਲ ਵੀ ਸਕਦਾ ਸੀ ਪਰ ਉਹ ਸਮੇਂ ਮਾੜਾ ਸੀ ਇਹ ਕੰਮ ਜਿਹੜਾ ਹੋਇਆ ਬਹੁਤ ਮਾੜਾ ਹੋਇਆ ਮੇਰੀ ਨਿੰਦਾ ਕਰਦਾ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਮੈਂ ਇਸ ਗੱਲ ਦਾ ਲਤੀਪੂਰਾ ਦੇ ਸਾਰੇ ਵਾਸੀਆਂ ਨੂੰ ਇੱਕ ਸੰਦੇਸ਼ ਦੇਣਾ ਚਾਹਨਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਤੁਹਾਡੀ ਛੱਤ ਵੀ ਦੇਣਗੇ ਤੁਹਾਨੂੰ ਤੁਹਾਡੇ ਘਰਾਂ ਦੇ ਵਿੱਚ ਵੀ ਲੈ ਕੇ ਜਾਣਗੇ ਇਸ ਗੱਲ ਦਾ ਮੈਂ ਵਿਸ਼ਵਾਸ ਅੱਜ ਇਹਨਾਂ ਨੂੰ ਦੇਣ ਆਇਆ ਬਹੁਤ ਜਲਦੀ ਅਸੀਂ ਮੈਨੂੰ ਲੱਗਦਾ ਕਿ ਬਹੁਤ ਜਲਦੀ ਇਹਨਾਂ ਦੇ ਜਿਹੜਾ ਫੈਸਲੇ ਦੇ ਕਰੀਬ ਪਹੁੰਚਾਂਗੇ ਇਹਨਾਂ ਨੂੰ ਜੋ ਬਣਦਾ ਇਹਨਾਂ ਦਾ ਹੱਕ ਹੈ ਭਾਵੇਂ ਕਿਸੇ ਫਾਈਨੈਂਸ਼ਲੀ ਮਤ ਕਰਨੀ ਪਵੇ ਸਰਕਾਰ ਨੂੰ ਭਾਵੇਂ ਇਹਨਾਂ ਲੋਕਾਂ ਨੂੰ ਇਹਨਾਂ ਦੇ ਘਰਾਂ ਤੱਕ ਦੇ ਲਈ ਸਾਨੂੰ ਇਹਨਾਂ ਦੀ ਛੱਤਾਂ ਜੋ ਅਸੀਂ ਤੈਅ ਕਰਨ ਜਾ ਰਹੇ ਹਾਂ ਹਰ ਚੀਜ਼ ਇਹਨਾਂ ਨੂੰ ਦਵਾਂਗੇ ਇਹ ਪਰਿਵਾਰਾਂ ਨੂੰ ਅਜਿਹਾ ਵਿਸ਼ਵਾਸ ਦੇਣ ਦੇ ਲਈ ਆਇਆ ਤੇ ਇੱਕ ਮਿਲਣ ਦੇ ਲਈ ਆਇਆ ਕੋਈ ਕੀ ਕਹਿੰਦੇ ਸੀ ਸਰਕਾਰ ਵੱਲੋਂ ਕੋਈ ਐਮਐਲਏ ਨਹੀਂ ਆਇਆ ਕੁਝ ਨਹੀਂ ਆਇਆ ਤੇ ਅੱਜ ਮੈਂ ਮਿਲਣ ਦੇ ਲਈ ਆਇਆ ਤੇ ਇਸ ਗੱਲ ਦਾ ਮੈਂ ਇਹਨਾਂ ਨੂੰ ਵਿਸ਼ਵਾਸ ਦੇ ਕੇ ਜਾ ਰਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਗਰ ਤੁਹਾਡੀ ਜੋ ਤੁਸੀਂ ਮੇਰੇ ਅੱਗੇ ਪ੍ਰਪੋਜ਼ ਇੱਕ ਇੱਕ ਚੀਜ਼ ਮੋਂ ਉਹਨਾਂ ਦੇ ਅੱਗੇ ਜਾ ਕੇ ਰੱਖਾਂ ਅਸੀਂ ਅਸੀਂ ਇਸ ਕਰਕੇ ਪ੍ਰੋਪੋਜ਼ਲ ਕਹਿ ਰਹੇ ਹਾਂ ਕਿ ਜਲੰਧਰ ਦੇ ਵਿੱਚ ਹੋਰ ਵੀ ਬਹੁਤ ਜਗ੍ਹਾ ਤੇ ਕੇਸ ਚੱਲ ਰਹੇ ਆ ਮੈਂ ਇਹਨਾਂ ਦੀ ਗੱਲ ਨਹੀਂ ਕਰ ਰਿਹਾ ਕਿਸੇ ਦੀ ਵੀ ਮੈਂ ਲਤੀ ਪੂਰਾ ਤੇ ਹਰ ਇੱਕ ਪਰਿਵਾਰ ਦੇ ਨਾਲ ਖੜਾ ਆ ਉਹ ਜਿਹੜੇ ਕੇਸ ਟਰਸਟੀ ਜ਼ਮੀਨ ਦੇ ਜਿੱਦਾਂ ਅਸੀਂ ਗੱਲ ਕਰੀਏ ਕਾਜੀ ਮੰਡੀ ਰੇਲਵੇ ਸਟੇਸ਼ਨ ਦੇ ਕੋਲ 185 ਪਰਿਵਾਰਾਂ ਦਾ ਕੇਸ ਚੱਲ ਰਿਹਾ ਕੱਲ ਨੂੰ ਕੀ ਹੋਏਗਾ ਸਰਕਾਰ ਦੇ ਜਿੰਨੀ ਜਿੰਨੀ ਜ਼ਿੰਮੇ ਜਾਇਦਤ ਜ਼ਮੀਨਾਂ ਪਈਆਂ ਸਰਕਾਰੀ ਜਗ੍ਹਾ ਤੇ ਉਹ ਲੋਕ ਕਹਿਣਗੇ ਸਾਨੂੰ ਇਹ ਜਗ੍ਹਾ ਚਾਹੀਦੀ ਹੈ ਇਹ ਜਗ੍ਹਾ ਚਾਹੀਦੀ ਹੈ ਅਸੀਂ ਉਹਰੇ ਨਾਲ ਇੱਕ ਇਸ ਕੇਸ ਨੂੰ ਮਿਲਾ ਨਹੀਂ ਦੇ ਤੇ ਤੀਪੂਰਾ ਦਾ ਕੇਸ ਉਸ ਸੀ ਇਹ ਨਹੀਂ ਮਿਲਾ ਰਿਹਾ ਮੈਂ ਪਰ ਆਉਣ ਵਾਲੇ ਸਮੇਂ ਚ ਕੀ ਹੋਏਗਾ ਫਿਰ ਸਰਕਾਰ ਕੇਸ ਨਹੀਂ ਲੜੇਗੀ ਸਾਰੇ ਲੋਕਾਂ ਨੇ ਜੇ ਇਹ ਜਗ੍ਹਾ ਸਾਨੂੰ ਦੇ ਦਿਓ ਜਗ੍ਹਾ ਸਾਨੂੰ ਦੇ ਦਿਓ ਅਸੀਂ ਇਹ ਚਾਹਦੇ ਸੀ ਜੋ ਮੇਰੀ ਪ੍ਰਪੋਜ਼ਲ ਸੀ ਸਰਕਾਰ ਵੱਲੋਂ ਅਸੀਂ ਸਾਰਿਆਂ ਨੇ ਚਾਰੋਂ ਐਮਐਲਏ ਨੇ ਡਿਸਾਈਡ ਕੀਤਾ ਸਰਕਾਰ ਨੇ ਡਿਸਾਈਡ ਕੀਤਾ ਕਿ ਇਹਨਾਂ ਨੂੰ ਜੋ ਅਸੀਂ ਪਹਿਲੇ ਦਿਨ ਡਿਸਾਈਡ ਕਰਕੇ ਸਰਕਾਰ ਕੋਲ ਲੈ ਕੇ ਆਏ ਕਿ ਇਹਨਾਂ ਨੂੰ ਬਨੇ ਬਨਾਏ ਫਲੈਟ ਦੇ ਦਈਏ ਪਰ ਇਹਨਾਂ ਨੇ ਉਹ ਨਹੀਂ ਮਿਲੇ ਇਹ ਕਹਿੰਦੇ ਕਿ ਅਸੀਂ ਇੱਥੇ ਹੀ ਜਗ੍ਹਾ 'ਚ ਰਹਿਣਾ ਹੈ ਪਰ ਅਸੀਂ ਸੋਚਦੇ ਸੀ ਜੇ ਕੋਈ ਹੋਰ ਪ੍ਰਪੋਜ਼ਲ ਲਈਏ ਸੈਕੰਡ ਪ੍ਰਪੋਜ਼ਲ ਹੈ ਦੇਰ ਸੈਕੰਡ ਪ੍ਰੋਪੋਜ਼ਲ ਦੇ ਹੀ ਨਹੀਂ ਦੇ ਅਸੀਂ ਸੈਕੰਡ ਪ੍ਰੋਪੋਜ਼ਲ ਹੀ ਕਹਿੰਦੇ ਕੁਝ ਵੀ ਕਹਿਣ ਸੰਦਸਨ ਦੇ ਚਾਹੁੰਦੇ ਕੀ ਹੋਰ ਪਰ ਇਹਨਾਂ ਦੀ ਕੋਈ ਮੰਗ ਹੈ ਕਿ ਅਸੀਂ ਇੱਥੇ ਹੀ ਰਹਿਣਾ ਲਤੀਪੂਰੇ ਤੋਂ ਬਾਹਰ ਨਹੀਂ ਜਾਣਾ ਲਈ ਹੁਣ ਸਾਨੂੰ ਸਰਕਾਰੀ ਸਲਾਹ ਵੀ ਲੈਣੀ ਪੈਣੀ ਹੈ ਸਕਾਈ ਦੇ ਅਰੇ ਵਿੱਚ ਪਤਾ ਵੀ ਕਰਨਾ ਪੈਣਾ ਹੈ ਮੁੱਖ ਮੰਤਰੀ ਸਾਹਿਬ ਦੇਖਣ ਤਾਂ ਉਹ ਕੀ ਇਹਦਾ ਕਿੱਦਾਂ ਹੱਲ ਕਰਨਗੇ ਅਸੀਂ ਸਾਰਾ ਕੁਝ ਇਹਨਾਂ ਕੋਲ ਪੁੱਛ ਕੇ ਜੋ ਜੋ ਇਹਨਾਂ ਦੇ ਵਿਊ ਹੈ ਮੈਂ ਸਾਰਾ ਕੁਝ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਅੱਗੇ ਲੈ ਕੇ ਆਵਾਂਗਾ ਤੇ ਬੜੀ ਜਲਦੀ ਇਨਾਂ ਨੂੰ ਅਸੀਂ ਜਿਹੜਾ ਵੀ ਜੋ ਕੁਝ ਵੀ ਆਪਾਂ ਸਰਕਾਰ ਦੇਣਾ ਚਾਹਵੇ ਇਹਨਾਂ ਨੂੰ ਦੇ ਕੇ ਜੂਤ ਅੱਛਾ ਚਾਲਾਂਥਰ ਸੇ ਦਵਿੰਦਰ ਕੁਮਾਰ ਕੀ ਰਿਪੋਰਟ ਐਸਐਮਜ਼ ਨਿਊਜ਼